ਵੈਲਕਮ ਟੂ ਚੈਨਲ ਵਾਰ ਆਮ ਯੂ ਹੋਸਟ ਯੂ ਜਸਵਾਲ ਚੈਨਲ ਵਾਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਯੂ ਜਸਵਾਲ ਵੱਲੋਂ ਸਵਾਗਤ ਹੈ ਲੰਡਨ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ ਜਿਹੜੇ ਸਿੱਖ ਨੇ ਜੀ ਉਹ ਭਾਰਤ ਦੇ ਪਿਛਿੰਦੇ ਨੇ ਜੀ ਤੁਸੀਂ ਚਾਹੁੰਦੇ ਹੋ ਕਿ ਜੀ ਮਾਫੀ ਮੰਗੀ ਜਾਵੇ ਆਪਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਭ ਸੁਣਾਉਣ ਵਾਸਤੇ ਸਭ ਕੁਝ ਕੀਤਾ ਸੀ ਕੀ ਰੋਲ ਸੀ ਇਹ ਸਾਰੀ ਸਾਡੀ ਸਿੱਖ ਲੀਡਰਸ਼ਿਪ ਦਾ ਇਟਸ ਆਲਸੋ ਫੇਲਿਅਰ ਆਫ ਸਿੱਖ ਲੀਡਰਸ਼ਿਪ ਐਟ ਦੈਟ ਪੁਆਇੰਟ ਆਫ ਟਾਈਮ ਫਿਰ ਕਿਆ ਲੋਂਗੋਵਾਲ ਸਾਹਿਬ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਦੇ ਖਿਲਾਫ ਸੀਗੇ ਹਾਲਾਂਕਿ ਮੈਂ ਆਪਣੀ ਮਾਂ ਨੂੰ ਨਹੀਂ ਦੇਖਿਆ ਜਦੋਂ ਉਹਦੀ ਡੈਥ ਹੋਈ ਹੈ ਆਪਰੇਸ਼ਨ ਬਲੂ ਸਟਾਰ ਹੀ ਹੋਇਆ ਹੈਗਾ ਇਨਵੈਸਟੀਗੇਸ਼ਨ ਰਿਪੋਰਟ ਕਹਿੰਦੀ ਹੈ ਕਿ ਉਹਦੇ ਪਿੱਛੇ ਮਾਸਟਰ ਮਾਈਂਡ ਮੌਜੂਦ ਸੀਗੇ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਗਈ ਸੀ ਹਥਿਆਰ ਦਿੱਤੇ ਗਏ ਸੀਗੇ ਮਤਲਬ ਕੋਈ ਨਾ ਕੋਈ ਐਸਾ ਸੀਗਾ ਜਿਹੜਾ ਕਿ ਪਿੱਛੇ ਬੈਠ ਕੇ ਇਹ ਸਾਰਾ ਕੁਝ ਕਰਵਾ ਰਹੇ ਸੀ ਆਈ ਹੈਵ ਪਰਸਨਲੀ ਮੈਟ ਸੰਦ ਟਵਾਈਸ ਹੀ ਵਾਸ ਅ ਵੈਰੀ ਸਿੰਪਲ ਪਰਸਨ ਹੂ ਵਾਸ ਵੈਰੀ ਗੁੱਡ ਓਰੇਟਰ ਪਹਿਲਾ ਸਟੈਪ ਇਹ ਸੀ ਕਿ ਐਸਜੀਪੀਸੀ ਦੇ ਉੱਤੇ ਕੰਟਰੋਲ ਕੀਤਾ ਜਾਵੇ ਆਹ ਉਹ AK-47 ਆ ਹਥਿਆਰ ਆ ਨਾ ਜਿਹੜਾ 1984 ਤੋਂ ਬਾਅਦ ਆਇਆ ਜੀ ਚਾਹੇ ਲੌਂਗੋਵਾਲ ਸਾਹਿਬ ਪ੍ਰੈਜ਼ੀਡੈਂਟ ਸੀਗੇ ਠੀਕ ਹੈ ਜੀ ਅਕਾਲੀ ਦਲ ਦੇ ਪਰ ਇਹ ਡਿਬੇਟੇਬਲ ਹੈ ਕਿ ਕਿਆ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਹਨਾਂ ਨੂੰ ਪੂਰੀ ਸਪੋਰਟ ਸੀਗੀ ਕਿਆ ਟੋੜਾ ਸਾਹਿਬ ਦੀ ਪੂਰੀ ਸਪੋਰਟ ਉਹਨਾਂ ਨੂੰ ਸੀਗੀ ਕਿਆ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੀ ਪੂਰੀ ਸਪੋਰਟ ਉਹਨਾਂ ਨੂੰ ਸੀਗੀ ਜਿਸ ਲੈਵਲ ਦੀ ਕਤਲੇਆਮ ਉੱਥੇ ਹਰਿਮੰਦਰ ਸਾਹਿਬ ਦੇ ਵਿੱਚ ਵਾਪਰੀ ਉਹ ਕਿਸੇ ਵੀ ਤਰੀਕੇ ਦੇ ਨਾਲ ਜਸਟੀਫਾਈ ਨਹੀਂ ਹੋ ਸਕਦੀ ਲੋਕ ਮੌਜੂਦ ਸੀਗੇ ਕਿ ਇੱਕ DIG ਲੈਵਲ ਦੇ ਬੰਦੇ ਤੱਕ ਦਾ ਵੀ ਕਤਲ ਕੀਤਾ ਜਾ ਸਕਦਾ ਹੈ ਜੀ ਜਿਹੜੀ ਪਹਿਲੀ ਗੋਲਾਬਾਰੀ ਜਿਹੜੀ ਆ ਉਹ ਵੱਡੇ ਬੰਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਾਂ ਪਾਣੀ ਵਾਲੀ ਟੈਂਕੀ ਤੇ ਸੁੱਟੇ ਗਏ ਉਹ ਮਿਲਟਰੀ ਵਾਲੇ ਨੂੰ ਸੁੱਟੇ ਗਏ ਉਹ ਸ਼ਖਸ ਜਿਹੜਾ ਕਿ ਉਸ ਵੇਲੇ ਦਰਬਾਰ ਸਾਹਿਬ ਮੌਜੂਦ ਸੀਗਾ ਜਰਨੈਲ ਸਿੰਘ ਭਿੰਡਰਾਂਵਾਲੇ ਹੁਣਾਂ ਦੇ ਨਾਲ ਖੜਾ ਸੀਗਾ ਉਹ ਸ਼ਖਸ ਜਿਹੜਾ ਕਿ ਉੱਥੇ ਸਾਰਾ ਟਾਈਮ ਸੀਗਾ ਉਹ ਇਹ ਕਹਿ ਰਿਹਾ ਕਿ ਉਹ ਦੇਸ਼ ਦਾ ਦੁਸ਼ਮਣ ਨਹੀਂ ਹੈ ਹੀ ਵਾਸ ਅ ਵੈਰੀ ਸਿੰਪਲ ਪਰਸਨ ਹੂ ਵਾਸ ਵੈਰੀ ਗੁੱਡ ਓਰੇਟਰ ਵਧੀਆ ਸਪੀਚ ਗੱਲ ਕਰਦੇ ਸੀਗੇ ਬਹੁਤ ਵਧੀਆ ਔਰ ਉਹਨਾਂ ਦਾ ਇਹੋ ਜਿਹਾ ਕਦੀ ਅਸੀਂ ਨਹੀਂ ਬਿਆਨ ਸੁਣਿਆ ਉੱਥੇ ਕਿ ਜਿਹਦੇ 'ਚ ਕੋਈ ਭੜਕਾਊ ਬਿਆਨ ਹੁੰਦਾ ਸੀਗਾ ਉਸ ਸਮੇਂ ਤੁਸੀਂ ਦੋ ਵਾਰ ਮਿਲੇ ਆ ਖਾਲਿਸਤਾਨ ਦੀ ਮੰਗ ਉਸ ਵੇਲੇ ਕਦੇ ਨਹੀਂ ਸੀ ਕੋਈ ਦੇ ਵਾਸ ਨੋ ਟਾਕਸ ਐਟ ਆਲ ਨੋ ਟਾਕਸ ਐਟ ਆਲ ਅਸੀਂ ਨਹੀਂ ਸੁਣੀ ਦਮਦਮੇਟ ਸਾਲ ਦੇ ਵਿੱਚ ਉਹਨਾਂ ਦੇ ਮੂੰਹੋਂ ਕਿ ਉਹਨਾਂ ਨੇ ਉਹ ਕਦੀ ਗੱਲ ਕੀਤੀ ਹੋਏ ਐਮ ਟਾਕ ਉਸ ਟਾਈਮ ਸਿਰਫ ਅੰਮ੍ਰਿਤ ਪ੍ਰਚਾਰ ਹੁੰਦਾ ਸੀ ਸਵੇਰੇ 4 ਵਜੇ ਪਹਿਲੀ ਵਾਰ ਆਡੀਓ ਜਾ ਰਹੇ ਹੋ ਵੀ ਸਿੱਖ ਇੱਕ ਜਿਵੇਂ ਪੇਸ਼ਾ ਕੌਮ ਹੈ ਜੀ ਇਹਨਾਂ ਦਾ ਵੱਖਰਾ ਧਿਆਨ ਰੱਖਿਆ ਜਾਵੇ ਵੀ ਜੇ ਸਪੋਜ ਕਰੋ ਕੋਈ ਬੰਦਾ ਹਰਿਮੰਦਰ ਸਾਹਿਬ ਦੇ ਉੱਤੇ ਹੋਏ ਅਟੈਕ ਦੇ ਬਾਰੇ ਗੱਲ ਕਰਦਾ ਉਹਨੂੰ ਕੰਡੈਮ ਕਰਦਾ ਬਹੁਤ ਲੋਕ ਇਸ ਤਰ੍ਹਾਂ ਦੀ ਫੀਲਿੰਗ ਲੈਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਬੰਦੇ ਭਾਰਤ ਦੇ ਖਿਲਾਫ ਨਹੀਂ ਸਿੱਖ ਜਿਹੜੇ ਭਾਰਤ ਦੇ ਵਸਿੰਦੇ ਨੇ ਭਾਰਤ ਦੇ ਵਿੱਚ ਉਹਨਾਂ ਦੀਆਂ ਜੜ੍ਹਾਂ ਨੇ ਜੀ ਭਾਰਤ ਦੇ ਲਈ ਉਹਨਾਂ ਨੇ ਬੜੀਆਂ ਵੱਡੀਆਂ ਉਹਨੀਆਂ ਕੁਰਬਾਨੀਆਂ ਕੀਤੀਆਂ ਉਸ ਸਾਲ ਦੇ ਵੀ 7 ਤੋਂ 9 ਜਿਹੜੇ ਹਥਿਆਰ ਆ ਉਹਨਾਂ ਦੇ ਸਰੀਰ ਦੇ ਉੱਤੇ ਪਹਿਨੇ ਹੁੰਦੇ ਸੀ ਹਥਿਆਰਾਂ ਦਾ ਕਲਚਰ ਸਿੱਖਾਂ ਲਈ ਕੋਈ ਨਵਾਂ ਨਹੀਂ ਹੈ ਜਸਵਿੰਦਰ ਸਿੰਘ ਨਾ ਜੀ ਉਹਦੇ ਡੈਡੀ ਦੀ ਲਾਸ਼ ਨੂੰ ਮੈਂ ਤਕਰੀਬਨ 10-12 ਘੰਟੇ ਢੋ ਲਾ ਕੇ ਬੈਠਾ ਰਿਹਾ ਜੀ ਗੋਲਡਨ ਟੈਂਪਲ ਸ਼੍ਰੀ ਦਰਬਾਰ ਸਾਹਿਬ ਜੋ ਵੀ ਤੁਸੀਂ ਨਾਮ ਲੈ ਲਓ ਹਰ ਕੋਈ ਉਹਦੇ ਸਾਹਮਣੇ ਆਪਣਾ ਸਿਰ ਝੁਕਾਉਂਦਾ ਹੈਗਾ ਔਰ ਦੁਨੀਆ ਤੋਂ ਬੜਾ ਲੀਡਰ ਜਿਹੜਾ ਇੰਡੀਆ ਗਿਆ ਉਹਨਾਂ ਨੇ ਹਮੇਸ਼ਾ ਸਿਰ ਝੁਕਾਇਆ ਉੱਥੇ ਮਿਲਟਰੀ ਆਪਰੇਸ਼ਨ ਜਿਹੜਾ ਉੱਥੇ ਹੋਇਆ ਜਿਹਨੂੰ ਅਸੀਂ ਆਪਰੇਸ਼ਨ ਬਲੂ ਸਟਾਰ ਕਹਿੰਦੇ ਹਾਂ ਇਹਨੂੰ ਅਵੋਇਡ ਕਰਨਾ ਚਾਹੀਦਾ ਸੀ Channel Y, a South Asian Canadian channel.